ਹਾਂਜੀ ਅਸਲਾਮ ਵਾਲੇਕੁਮ ਜੱਟ ਪੰਜਾਬ ਦਾ ਤੁਹਾਨੂੰ ਸਵਾਗਤ ਹੈ ਯੂਟਿਊਬ ਚੈਨਲ 'ਤੇ। ਅਤੇ ਵੇਖ ਸਕਦੇ ਹੋ ਕਿ ਅੱਜ ਸਵੇਰ ਸਵੇਰ ਦਾ ਟਾਈਮ ਹੈ ਅਤੇ ਟਿਊਬਵੈੱਲ 'ਤੇ ਟਰੈਕਟਰ ਚੱਲਿਆ ਸੀ ਅਤੇ ਟਿਊਬਵੈੱਲ ਚਲਾਉਣਾ ਸੀ, ਨਹਿਰ 'ਚ ਪਾਣੀ ਘੱਟ ਸੀ ਅਤੇ ਬਾਗ ਨੂੰ ਪਾਣੀ ਲਾਉਣਾ ਸੀ, ਅਤੇ ਵੇਖ ਸਕਦੇ ਹੋ ਟਰੈਕਟਰ ਚੜਿਆ ਅਤੇ ਨਾਲ ਕੰਢੇ ਬੜੇ ਨੇ। ਟੂਵੈਲ ਬੋਰ ਦਾ ਟੂਵੈਲ ਦਾ ਜਿਹੜਾ ਟੋਇਆ ਵੇ ਪੈਸਾ ਉਹਦਾ ਪੱਕਾ ਲੱਗਿਆ, ਇੱਟਾਂ ਤਾਂ ਲੱਗੀਆਂ ਨੇ ਅਤੇ ਐਵੇਂ ਗੱਲ ਜੀ ਹੈ ਟੂਵੈਲ ਚੱਲਦਾ ਪਿਆ ਅਤੇ ਚੱਲ ਤੁਹਾਨੂੰ ਆਵਾਂਗੇ ਕਿ ਟਿਊਬਵੈੱਲ ਜਿਹੜਾ ਨਾ ਚੱਲਦਾ ਪਿਆ ਅਤੇ ਪਾਣੀ ਜਿਹੜੇ ਬਹੁਤ ਗੁਰਦੁਆਰਾ ਬਣਿਆ ਸਵਿਮਿੰਗ ਪੂਲ ਦੀ ਤਰ੍ਹਾਂ, ਇਹਦੇ ਬੰਦਾ ਈਜ਼ੀ ਹੋ ਕੇ ਨਹਾ ਵੀ ਲੈਂਦਾ, ਈਜ਼ੀ ਹੋ ਕੇ ਬੰਦਾ ਪਾਣੀ ਛਾਣੀ ਸਾਰਾ ਕਰ ਲੈਂਦਾ। ਅਤੇ ਸਾਡਾ ਇਹਦਾ ਇੱਦਾਂ ਵਲੋਗ ਹੈ ਡੇਰ 'ਤੇ ਡੇਰੇ ਦਾ, ਦੋ ਵਲੋਗ ਸਾਡੇ ਸਾਨੂੰ ਸ਼ਹਿਰ ਦੇ ਸਨ ਅਤੇ ਅੱਜ ਦਾ ਸਾਡਾ ਸੈਕਿੰਡ ਵਲੋਗ ਜਿਹੜਾ ਉਹ ਡੇਰੇ ਦਾ। ਅਤੇ ਵੇਖ ਸਕਦੇ ਹੋ ਕਿ ਖਾਲ ਤਾਂ ਫਿਰ ਛੋਟਾ ਛੋਟਾ ਪੱਕਾ ਬਣਿਆ ਅਤੇ ਟਰੈਕਟਰ ਮੇਰਾ ਚੜਿਆ ਟਿਊਬਵੈੱਲ 'ਤੇ, ਦਸ ਦਿਨਾਂ ਦਾ ਟਾਈਮ ਹੈ ਅਤੇ ਨਾਲ ਮੇਨ ਰੋਡ ਲੱਗਦਾ ਪਿਆ ਸਰਗੋਧਾ ਰੋਡ ਹੈ ਅਤੇ ਨਾਲ ਪੋਲਟਰੀ ਫਾਰਮ ਹੈ। ਅਤੇ ਅਗਰ ਕੋਈ ਕਰੀਬੀ ਰਿਹਾਇਸ਼ੀ ਹੈ ਤਾਂ ਦੱਸ ਸਕਦਾ ਕਿ ਕਿਹੜੀ ਜਗ੍ਹਾ, ਅਤੇ ਬਾਕੀ ਯੂਟਿਊਬਰ ਜਿਹੜੇ ਮੇਰੇ ਦੋਸਤ ਨੇ ਜਿਹੜੇ ਮੇਰੇ ਚੈਨਲ ਚੈੱਕ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਹੋਣਾ। ਅਤੇ ਕਸੀਆ ਜਾ ਤੁਹਾਨੂੰ ਲੱਗਿਆ ਕਸੀਆ ਟਰੈਕਟਰ ਅਤੇ ਆਹ ਟਿਊਬਵੈੱਲ ਲੱਗਾ ਹੈ ਅਤੇ ਵੇਖ ਸਕਦੇ ਹੋ ਕਿ ਵਲੋਗ ਕੱਲ੍ਹ ਦਾ ਵੀ ਸ਼ਾਰਟ ਛੋਟਾ ਜਿਹੜੇ ਅਪਲੋਡਿੰਗ ਕੀਤਾ ਸੀ ਅਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ, ਇਹਦੀ ਵਜ੍ਹਾ ਤੋਂ ਵੀਡੀਓ ਸ਼ੂਟਿੰਗ ਨਹੀਂ ਕੀਤੀ ਜਾ ਰਹੀ, ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ। ਅਤੇ ਬਾਕੀ ਵੇਖ ਸਕਦੇ ਹੋ ਕਿ ਟਰੈਕਟਰ ਚੜਿਆ ਧੋਣਾ ਹੀ ਜਾ ਰਿਹਾ ਗਾ, ਜਿੱਦਾਂ ਪਾਣੀ ਲੱਗਿਆ ਉਹ ਜ਼ਮੀਨ ਦਾ ਮਾਰਨੇ ਆ ਕਿ ਪਾਣੀ ਕਿੱਧਰ ਕਿੱਧਰ ਜਾ ਰਿਹਾ, ਤਾਂ ਅਸੀਂ ਜਾਵਾਂਗੇ ਪਾਣੀ ਦੇ ਨਾਲ ਨਾਲ, ਕਿਸਾਨ ਸਿਰੇ ਸਾਡੇ ਨਾਲ ਨਾਲ ਰਹਿਣਾ। ਅਤੇ ਆ ਵੇਖ ਸਕਦੇ ਹੋ ਖਾਲ 'ਚ ਪਾਣੀ ਜਾ ਰਿਹਾ, ਬਿਲਕੁਲ ਵੇਖ ਸਕਦੇ ਹੋ ਜੀ। ਪਾਣੀ ਤਾਂ ਵੇਖ ਸਕਦੇ ਹੋ ਖਾਦ ਪਾਣੀ ਆਵੇ ਅਤੇ ਪਾਣੀ ਅੱਗੇ ਅੱਗੇ ਜਾ ਰਿਹਾ, ਪਾਣੀ ਜਿਹੜਾ ਖੱਤਿਆਂ ਅੱਗੇ ਲੱਗਿਆ ਰੋਡ ਦੇ ਨਾਲ ਜ਼ਮੀਨ 'ਚ। ਆਹ ਵੇਖ ਸਕਦੇ ਹੋ ਡੇਰੇ ਬੱਤਖ ਵੀ ਬਹੁਤ ਜ਼ਿਆਦਾ ਨੇ, ਬੱਤਖ ਵੇਖੋ ਵੇਖ ਸਕਦੇ ਜੀ, ਬੱਤਖ ਅਰੇ ਪਿੱਛੇ ਰਹਿ ਗਏ, ਅਸੀਂ ਹੁਣ ਆ ਗਏ ਅੱਗੇ ਅਤੇ ਅੱਗੇ ਸਾਡਾ ਹੁਣ ਇਹ ਵੇਖਣਾ ਜਿੱਥੇ ਪਾਣੀ ਲੱਗਾ ਜਿਹੜਾ ਪਾਣੀ ਆ, ਗਾਈ ਵੀ ਖਲੋਤੀ ਗਾਈ 'ਚ ਖਾ ਰਹੀ ਹੈ।
ਅੱਜ ਜੀ ਟਿਊਜ਼ਡੇ ਮੰਗਲ ਦਾ ਦਿਨ ਹੈ ਅਤੇ ਟਾਈਮ ਤਕਰੀਬਨ 10:30 ਦਾ, ਅਤੇ ਵੇਖ ਸਕਦੇ ਹੋ ਪਾਣੀ ਲੱਗਾ। ਟਿਊਬਵੈੱਲ ਬੰਦ ਕਰ ਲਿਆ, ਟਿਊਬਵੈੱਲ ਬੰਦ ਕਰਕੇ ਮੈਂ ਟਰੈਕਟਰ ਲਾ ਲਿਆ, ਸੋਹਣੇ ਜਿਹਾ ਟਰੈਕਟਰ ਲੈ ਕੇ ਚੱਲੇ ਹਾਂ। ਇੰਨਾ ਕੰਮ ਸੀ, 12 ਵੱਜ ਗਏ ਨੇ ਜੀ, 2 ਘੰਟੇ ਟਿਊਬਵੈੱਲ ਚੱਲਿਆ, ਤਾਂ ਟਰੈਕਟਰ ਜਾ ਰਿਹਾ ਅਤੇ ਵੇਖ ਲਓ ਜੀ। ਜਿੱਦਾਂ ਵੇਖ ਸਕਦੇ ਹੋ ਖਾਲ ਖਾਲ ਭਰਿਆ ਤੇ ਟਰੈਕਟਰ ਪਾਣੀ ਦਾ ਲੰਘ ਰਿਹਾ ਜੀ, ਤੇ ਆਹ ਰੋਡ ਤੇ ਚੜ੍ਹਨ ਲੱਗਿਆ। ਇਨਸ਼ਾਅੱਲਾ ਅਸੀਂ ਹੁਣ ਥੋੜ੍ਹੀ ਦੇਰ ਤੱਕ ਘਰ ਚਲ ਜਾਂਗੇ। ਹਾਂਜੀ, ਤਾਂ ਵੇਖ ਸਕਦੇ ਹੋ ਇੱਥੇ ਪਾਣੀ ਦਾ ਘਾਹ ਸੀ, ਪਾਣੀ ਲੁਕੈਰਾ ਭਰ ਗਿਆ ਅਤੇ ਅਗਲੇ ਕਹਿਰੇ ਪਾਣੀ ਆਪਣੇ ਆਪ ਰੁੜ ਗਿਆ, ਕਿਉਂਕਿ ਥੋੜ੍ਹਾ ਭਰਨ ਵਾਲਾ ਇਹ। ਬਾਕੀ ਵੇਖ ਸਕਦੇ ਰੋਡ 'ਤੇ ਚੜ੍ਹੇ ਹਾਂ,